ਰੁਪਏ ਮੈਂ ਤੇ ਮੈਂ ਇਸ ਵਾਰ ਛੱਡ ਕਰਨਾ ਚਾਹੁੰਦਾ ਕਿ ਮੈਨੂੰ ਕੋਈ ਹੋਰ ਰਿਸ਼ਤਾ ਲੱਭਣਾ ਹੈ ਰਿਸ਼ਤਾ ਬਾਕੀ ਨਹੀਂ ਲੱਭਣਾ ਕਿਸ ਮਾਂ ਪਿਓ ਦਾ ਦਿਲ ਕਰਦਾ ਆਪਣੀ ਧੀ ਖੂਦ ਸੁੱਟਣ ਨੂੰ ਮੈਂ ਤੂੰ ਕੰਨਾਂ ਨਾਲ ਪੋਕੇ ਨੇ ਲਮਕਾਇਆ ਮੂੰਹ ਭਰ ਕੇ ਗਏ ਨੇ ਖੂਦ ਸੁੱਟਣ ਨੂੰ ਚੰਗਾ ਲਫ਼ਜ਼ ਵੀ ਬੋਲਿਆ ਕਰੋ ਪਤਾ ਨਹੀਂ ਕਿੱਥੇ ਗਏ ਬਾਕੀ ਕਿੱਥੇ ਗਏ ਔਰਤਾਂ ਜਿਹੜੇ ਕਹਿੰਦੇ ਸੀ ਮੇਰਾ ਢੋਲ ਸਪਾਈਆ ਤੈਨੂੰ ਰੱਬ ਦੀਆਂ ਰੱਖਾਂ ਉਹ ਤੇ ਕਹਿੰਦੇ ਮੇਰਾ ਢੋਲ ਸਪਾਈਆ ਤੈਨੂੰ ਪੰਜ ਛੇ ਰੱਖਾਂ
ਕੱਟ ਲੱਗੀ ਹੋਣੀ ਸੀ, ਜਾਂ ਤੇ ਕੱਟ ਲੱਗੀ ਹੋਣੀ ਸੀ ਜਾਂ ਡਾਕਟਰ ਫਾਂਸੀ ਲੱਗਾ ਹੋਣਾ। ਹਾਂਜੀ ਡਾਕਟਰ ਤੇ ਹੈਗੇ, ਸਭ ਤੋਂ ਵੱਡੇ ਸਰਜਨ ਵੀ ਆ ਗਏ ਨੇ ਜਿਹੜੇ ਮੂੰਹ ਨਾਲ ਆਪਰੇਸ਼ਨ ਕਰਦੇ ਨੇ। ਬੇਟੇ ਪੇਸ਼ੈਂਟ? ਹਾਂ ਚਾਚਾ ਵਾਰਡ ਬੁਆਏ। ਬੇਟੇ ਜੇ ਲੜਦੇ ਰਹੋਗੇ ਤੇ ਤੁਹਾਡੀ ਮੰਮਾ ਦੀ ਜ਼ਿੰਦਗੀ ਕਿਵੇਂ ਗੁਜ਼ਰੇਗੀ? ਮੇਰੀ ਤਾਂ ਗੁਜ਼ਰੀ ਜਾਣੀ ਹੈ, ਮੈਂ ਕੁਝ ਕਰ ਲਵਾਂ। ਬਹੁਤ ਹੀ ਸ਼ੋਖੀ ਲੜਕੀ ਹੈ ਡਾਕਟਰ ਸਾਹਿਬ। ਹਾਂ ਜਿਹੜੀ ਹਾਂ, ਜਿਤਨੀ ਮੇਰੀ ਬੇਇੱਜ਼ਤੀ ਹੋ ਚੁੱਕੀ ਨਾ ਸਰ ਮੇ, ਜੀ ਤੋ ਚਾਹਤਾ ਰਿਸ਼ਤੇ ਸੇ ਇਨਕਾਰ ਕਰੂੰ। ਲੇਕਿਨ ਫਿਰ ਸੋਚਦਾ ਡੈਡੀ ਕਿ ਇਹ ਮੂੰਹ ਔਰ ਮਸੂਰ ਕੀ ਦਾਲ, ਡੈਡੀ ਅੱਜ ਕੱਲ੍ਹ ਦਾਲ ਦਾ ਕਿਆ ਭਾਵ ਹੈ? ਪੁੱਤਰ ਤੂੰ ਇਹ ਪੁੱਛਿਆ ਕਰ ਲੋਕ ਦਾ ਟੀਨ ਕਿੰਨੇ ਦਾ ਹੁੰਦਾ। ਅੱਲਾ ਕੋਲ ਮੰਗਣਾ, ਅੱਲਾ ਨਾਲ ਗੱਲ ਕਰਨੀ ਹੈ, ਫਿਰ ਵੀ ਮੂੰਹ ਸਹੀ ਰੱਖਣਾ। ਜੰਨਤ ਚ ਗਏ, ਉੱਥੇ ਹੁਣ ਪੱਖਾ ਚੱਲਿਆ ਫੇਰ ਮਰ ਗਏ।